ਗੁਰੂ ਰੂਪ, ਗੁਰੂ ਪਿਆਰੀ, ਸਾਧ ਸੰਗਤ ਜੀ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ ਅਤੇ ਸਾਧ ਸੰਗਤ ਜੀ, ਇੱਕ ਖਾਸ ਵਿਸ਼ੇ ਤੋਂ ਤੁਹਾਨੂੰ ਅੱਜ ਜਾਣੂ ਕਰਵਾਉਂਦੇ ਹਾਂ ਕਿ ਗੁਰੂ ਘਰ ਦੇ ਵਿੱਚ ਇੱਕ ਐਸਾ ਚਮਤਕਾਰ ਹੋਇਆ ਜਿਸ ਨੂੰ ਸੁਣ ਕੇ ਪੂਰੀ ਦੁਨੀਆ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਸਾਧ ਸੰਗਤ ਜੀ, ਕੀ ਹੋਇਆ ਕਿ ਗੁਰੂ ਘਰ ਦੇ ਵਿੱਚ ਸੰਗਰਾਂਦ ਵਾਲਾ ਦਿਨ ਸੀ, ਸਾਰੀਆਂ ਹੀ ਸਿੱਖ ਸੰਗਤਾਂ ਬੈਠੀਆਂ ਸੀ, ਤਾਂ ਉਸੇ ਦੌਰਾਨ ਇੱਕ ਇੱਛਾਧਾਰੀ ਸੱਪ ਜੋ ਕਿ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆਇਆ ਅਤੇ ਉੱਥੇ ਹੀ ਪਾਠ ਸੁਣਨ ਦੇ ਲਈ ਬੈਠ ਗਿਆ, ਅਤੇ ਉਸ ਤੋਂ ਬਾਅਦ ਇਸਤਰੀ ਦਾ ਰੂਪ ਧਾਰ ਕੇ ਉਸਨੇ ਪ੍ਰਸ਼ਾਦ ਵੀ ਲਿੱਤਾ, ਅਤੇ ਜਿਵੇਂ ਹੀ ਇਹ ਸੱਪ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਤਾਂ ਵੇਖ ਕੇ ਲੋਕ ਹੈਰਾਨ ਜ਼ਰੂਰ ਹੋ ਗਏ ਕਿ ਇੱਦਾਂ ਦਾ ਚਮਤਕਾਰ ਕਿਵੇਂ ਹੋ ਸਕਦਾ ਹੈ। ਚਮਤਕਾਰਾਂ ਦੀਆਂ ਕਹਾਣੀਆਂ ਤਾਂ ਤੁਸੀਂ ਬਹੁਤ ਸੁਣੀਆਂ ਹੋਣੀਆਂ ਨੇ, ਪਰ ਇਹ ਜੋ ਕਹਾਣੀ ਹੈ ਇਹ ਬਿਲਕੁਲ ਹੀ ਅਨੋਖੀ ਹੈ। ਆਪਾਂ ਕਹਿ ਦਿੰਦੇ ਹਾਂ ਕਿ ਪੂਰਬਲੇ ਜਨਮ ਦੇ ਵਿੱਚ ਕੋਈ ਨਾ ਕੋਈ ਇੱਦਾਂ ਦਾ ਕੰਮ ਕੀਤਾ ਹੋਵੇ ਤਾਂ ਆਪਾਂ ਨੂੰ ਅੱਗੇ ਚੰਗੇ ਕਰਮ ਮਿਲਦੇ ਨੇ, ਪਰ ਉਹ ਇੱਛਾਧਾਰੀ ਸੱਪ ਜੋ ਕਿ ਗੁਰੂ ਘਰ ਦੇ ਵਿੱਚ ਆਉਂਦਾ ਰਿਹਾ। ਸਾਧ ਸੰਗਤ ਜੀ, ਲਗਾਤਾਰ ਇੱਕ ਮਹੀਨੇ ਤੱਕ ਰੋਜ਼ ਗੁਰੂ ਘਰ ਦੀ ਚੌਖਟ 'ਤੇ ਆ ਕੇ ਬੈਠ ਜਾ ਕਰੇ ਅਤੇ ਉੱਥੋਂ ਹੀ ਵਾਪਸ ਚਲਾ ਜਾਇਆ ਕਰੇ। ਅਤੇ ਸੰਗਰਾਂਦ ਵਾਲੇ ਦਿਨ ਅੰਦਰ ਮੱਥਾ ਟੇਕਣ ਦੇ ਲਈ ਆਇਆ ਅਤੇ ਬਾਅਦ ਦੇ ਵਿੱਚ ਉਸਨੇ ਇਸਤਰੀ ਦਾ ਰੂਪ ਵੀ ਧਾਰਿਆ। ਇਕੱਲੀ ਇਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ, ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਘਟਨਾ ਹੈ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਹੈ। ਅਲਵਰ ਜ਼ਿਲ੍ਹੇ ਦੇ ਵਿੱਚ ਜੋ ਕਿ ਸਿੱਖਾਂ ਦੀ ਆਬਾਦੀ ਬਹੁਤ ਹੀ ਘੱਟ ਹੈ ਸਾਧ ਸੰਗਤ ਜੀ, ਅਤੇ ਇੱਕ ਪਿੰਡ ਦੇ ਵਿੱਚ ਸਿਰਫ ਅਤੇ ਸਿਰਫ 5 ਹੀ ਸਿੱਖ ਜੋ ਕਿ ਰਾਜਸਥਾਨ ਤੋਂ ਚੱਲ ਕੇ ਅਲਵਰ ਜ਼ਿਲ੍ਹੇ ਦੇ ਵਿੱਚ ਪਹੁੰਚ ਗਏ ਸੀ। ਅਤੇ ਸਾਧ ਸੰਗਤ ਜੀ, ਉਹਨਾਂ ਨੇ ਉੱਥੇ ਇੱਕ ਗੁਰੂ ਘਰ ਬਣਾਇਆ ਅਤੇ 5 ਹੀ ਘਰ ਸੀ ਜੋ ਕਿ ਪਹਿਲਾਂ ਗੁਰੂ ਘਰ ਦੀ ਸੇਵਾ ਕਰਦੇ ਸੀ, ਅਤੇ ਉਹਨਾਂ ਨੇ ਇੱਕ ਗ੍ਰੰਥੀ ਸਿੰਘ ਰੱਖ ਲਿਆ ਉੱਥੇ। ਗ੍ਰੰਥੀ ਸਿੰਘ ਰੋਜ਼ ਸਵੇਰੇ ਸ਼ਾਮ ਕਥਾ ਕਰਿਆ ਕਰੇ, ਅਤੇ ਉਸ ਦੌਰਾਨ ਜਿੰਨੇ ਵੀ ਪਿੰਡ ਦੇ ਹਿੰਦੂ ਵੀਰ ਸੀ ਉਹ ਵੀ ਗੁਰੂ ਘਰ ਦੇ ਨਾਲ ਜੁੜਨ ਲੱਗ ਗਏ, ਅਤੇ ਹੌਲੀ ਹੌਲੀ ਗੁਰੂ ਘਰ ਦੇ ਵਿੱਚ ਕਾਫੀ ਸੰਗਤ ਆਉਣ ਲੱਗ ਗਈ। ਪਿੰਡ ਦੇ ਵਿੱਚ ਜਿੰਨੇ ਵੀ ਹਿੰਦੂ ਜਾਂ ਰਾਜਪੂਤ ਰਹਿੰਦੇ ਸੀ ਉਹ ਵੀ ਗੁਰੂ ਘਰ ਨੂੰ ਮੰਨਣ ਲੱਗ ਗਏ। ਕਿਤੇ 5 ਘਰ ਅਤੇ ਕਿਤੇ ਹੁਣ ਉਸ ਹੀ ਪਿੰਡ ਦੇ 100 ਤੋਂ ਵੱਧ ਘਰ ਸੀ ਜਿਹੜੇ ਸਾਰੇ ਹੀ ਗੁਰੂ ਘਰ ਆਉਣ ਲੱਗ ਗਏ। ਸਵੇਰੇ ਸ਼ਾਮ ਉਹਨਾਂ ਨੇ ਨਿਤਨੇਮ ਬਣਾ ਲਿਆ, ਗੁਰੂ ਘਰ ਆ ਕੇ ਸੇਵਾ ਕਰਦੇ ਅਤੇ ਬਾਣੀ ਸੁਣਦੇ ਵੀ, ਅਤੇ ਕੁਝ ਲੋਕਾਂ ਨੇ, ਕੁਝ ਹਿੰਦੂ ਵੀਰਾਂ ਨੇ ਤਾਂ ਇੱਥੋਂ ਤੱਕ ਕਿ ਬਾਣੀ ਦੀ ਸੰਥਿਆ ਵੀ ਲੈ ਲਈ ਸੀ। ਸਾਧ ਸੰਗਤ ਜੀ, ਇਹ ਸਮਾਂ ਐਵੇਂ ਹੀ ਚੱਲਦਾ ਰਿਹਾ ਅਤੇ ਪਿੰਡ ਦੇ ਵਿੱਚ ਹੁਣ ਲਗਭਗ ਲੋਕ ਅੰਮ੍ਰਿਤਧਾਰੀ ਵੀ ਬਣ ਗਏ ਸੀ ਅਤੇ ਗੁਰੂ ਵਾਲੇ ਬਣ ਗਏ ਸੀ ਜਿਹੜੇ ਪਿੰਡ ਦੇ ਹਿੰਦੂ ਵੀਰ ਸੀ। ਸਾਧ ਸੰਗਤ ਜੀ, ਪਿੰਡ ਦੇ ਵਿੱਚ ਸਾਰੀਆਂ ਹੀ ਸਿੱਖ ਸੰਗਤਾਂ ਨੇ ਇੱਕ ਫੈਸਲਾ ਲਿਆ ਕਿ ਕਿਉਂ ਨਾ ਆਪਾਂ ਸੰਗਰਾਂਦ ਵਾਲੇ ਦਿਨ ਸਹਿਜ ਪਾਠ ਦਾ ਪ੍ਰਕਾਸ਼ ਕਰਦਿਆ ਕਰੀਏ ਅਤੇ ਅਗਲੀ ਸੰਗਰਾਂਦ 'ਤੇ ਉਸਦਾ ਆਪਾਂ ਭੋਗ ਪਾ ਦਿਆ ਕਰੀਏ। ਨਾਲੇ ਤਾਂ ਪਿੰਡ ਦੇ ਵਿੱਚ ਇੱਕ ਸਹਿਜ ਪਾਠ ਚੱਲਦਾ ਰਿਹਾ ਕਰੇਗਾ, ਨਾਲੇ ਸਿੱਖ ਸੰਗਤਾਂ ਰੋਜ਼ ਬਾਣੀ ਨਾਲ ਜੁੜੀਆਂ ਰਹੀਆਂ ਕਰਨਗੀਆਂ। ਤਾਂ ਸਾਧ ਸੰਗਤ ਜੀ, ਉਸੇ ਤਰੀਕੇ ਦੇ ਨਾਲ ਹੋਇਆ ਕਿ ਸੰਗਰਾਂਦ ਵਾਲੇ ਦਿਨ ਪਾਠ ਰੱਖ ਦਿੱਤਾ ਅਤੇ ਅਗਲੇ ਸੰਗਰਾਂਦ ਨੂੰ ਉਸਦਾ ਭੋਗ ਪਾ ਦਿੱਤਾ। ਇਹ ਜੋ ਸਿਸਟਮ ਹੈ ਇਹ ਚੱਲਦਾ ਰਿਹਾ ਐਵੇਂ ਹੀ, ਕਈ ਸਾਲਾਂ ਤੱਕ ਇੱਦਾਂ ਹੀ ਪ੍ਰਕਿਰਿਆ ਚਾਲੂ ਰਹੀ ਕਿ ਸੰਗਰਾਂਦ ਨੂੰ
ਪਾਠ ਰੱਖ ਦੇਣ ਸਹਿਜ ਪਾਠ ਦਾ, ਅਤੇ ਉਸ ਤੋਂ ਬਾਅਦ ਅਗਲੀ ਸੰਗਰਾਂਦ ਨੂੰ ਉਸਦਾ ਭੋਗ ਪੈ ਜਾ ਕਰੇ। ਤਾਂ ਸਾਧ ਸੰਗਤ ਜੀ, ਉਸੇ ਹੀ ਪਿੰਡ ਦੀ ਰਹਿਣ ਵਾਲੀ ਇੱਕ ਹਿੰਦੂ ਔਰਤ ਜਿਸਦਾ ਨਾਮ ਕਮਲਾ ਦੇਵੀ ਸੀ, ਜੋ ਕਿ ਰੋਜ਼ ਗੁਰੂ ਘਰ ਆਉਂਦੀ, ਗੁਰੂ ਘਰ ਆ ਕੇ ਸੇਵਾ ਕਰਦੀ, ਅਤੇ ਸਾਧ ਸੰਗਤ ਜੀ ਗੁਰੂ ਘਰ ਦੇ ਪ੍ਰਤੀ ਉਸਦੀ ਜੋ ਸ਼ਰਧਾ ਹੈ ਉਹ ਬਹੁਤ ਜ਼ਿਆਦਾ ਸੀ। ਉਸਦੀ ਉਮਰ ਲਗਭਗ 50 ਤੋਂ 55 ਸਾਲ ਹੋਵੇਗੀ। ਹਿੰਦੂ ਘਰ ਦੇ ਵਿੱਚ ਉਸਦਾ, ਹਿੰਦੂ ਪਰਿਵਾਰ ਦੇ ਵਿੱਚ ਜਨਮ ਹੋਇਆ, ਪਰ ਜਿਵੇਂ ਹੀ ਪਿੰਡ ਦੇ ਵਿੱਚ ਗੁਰੂ ਘਰ ਬਣਿਆ ਤਾਂ ਉਸਦੀ ਜੋ ਸ਼ਰਧਾ ਹੈ ਉਹ ਗੁਰੂ ਘਰ ਦੇ ਪ੍ਰਤੀ ਹੋਰ ਜ਼ਿਆਦਾ ਦ੍ਰਿੜ ਹੋ ਗਈ ਸੀ। ਅਤੇ ਸਾਧ ਸੰਗਤ ਜੀ ਰੋਜ਼ ਆਉਂਦੀ, ਸਹਿਜ ਪਾਠ ਦਾ ਜਿਸ ਦਿਨ ਪ੍ਰਕਾਸ਼ ਹੁੰਦਾ ਉਸ ਦਿਨ ਆ ਕੇ ਬੈਠ ਜਾਂਦੀ, ਸਾਰਾ ਦਿਨ ਪਾਠ ਚੱਲਦਾ ਅਤੇ ਸਾਰਾ ਦਿਨ ਉੱਥੇ ਬੈਠ ਕੇ ਬਾਣੀ ਸੁਣਦੀ। ਕਈ ਸਾਲਾਂ ਤੱਕ ਐਵੇਂ ਹੀ ਚੱਲਦਾ ਰਿਹਾ। ਜਿੱਦਾਂ ਸਹਿਜ ਪਾਠ ਦਾ ਪ੍ਰਕਾਸ਼ ਹੋ ਜਾਂਦਾ, ਉਸਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਕੱਲੀ ਇਕੱਲੀ ਤੁੱਕ ਨੂੰ ਸੁਣਨਾ ਸਾਧ ਸੰਗਤ ਜੀ। ਤਾਂ ਇੱਕ ਦਿਨ ਕੀ ਹੋਇਆ, ਪਹਿਲੀ ਸੰਗਰਾਂਦ ਦੇ ਉੱਪਰ ਪਾਠ ਰੱਖਿਆ ਗਿਆ ਅਤੇ ਪਾਠ ਮੱਧ ਦੇ ਭੋਗ ਤੱਕ ਪਹੁੰਚਿਆ, ਤਾਂ ਪਾਠ ਸੁਣਦੇ ਸੁਣਦੇ ਉਸ ਔਰਤ ਕਮਲਾ ਦੇਵੀ ਦੀ ਮੌਤ ਹੋ ਜਾਂਦੀ ਹੈ ਗੁਰੂ ਘਰ ਦੇ ਵਿੱਚ। ਸਾਧ ਸੰਗਤ ਜੀ ਪਰਿਵਾਰ ਵਾਲੇ ਉਸਦਾ ਅੰਤਿਮ ਸੰਸਕਾਰ ਕਰ ਦਿੰਦੇ ਨੇ ਅਤੇ ਹਿੰਦੂ ਰਹਿਤ ਮਰਿਆਦਾ ਅਨੁਸਾਰ ਉਸਦਾ ਸਾਰਾ ਕਿਰਿਆਕ੍ਰਮ ਕਰਦੇ ਨੇ। ਉਹ ਗੱਲ ਬੀਤੇ ਨੂੰ 2-3 ਸਾਲ ਹੋ ਜਾਂਦੇ ਨੇ, ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ, ਉਸੇ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਤਾਂ ਉਹ ਲੜੀ ਚੱਲਦੀ ਰਹਿੰਦੀ ਹੈ ਕਿ ਸਹਿਜ ਪਾਠ ਪਹਿਲੀ ਸੰਗਰਾਂਦ ਨੂੰ ਰੱਖ ਲਿਆ ਅਤੇ ਦੂਜੀ ਸੰਗਰਾਂਦ 'ਤੇ ਭੋਗ ਪਾਇਆ। ਅਤੇ ਜਿਵੇਂ ਹੀ ਪਾਠ ਰੱਖਿਆ ਤਾਂ ਇੱਕ ਸੱਪ ਮੱਧ ਦੇ ਭੋਗ ਤੋਂ ਬਾਅਦ ਰੋਜ਼ ਗੁਰੂ ਘਰ ਦੀ ਚੌਖਟ 'ਤੇ ਆ ਜਾ ਕਰੇ, ਜਿੰਨਾ ਚਿਰ ਗ੍ਰੰਥੀ ਸਿੰਘ ਪਾਠ ਕਰਿਆ ਕਰੇ, ਪਾਠ ਸੁਣਿਆ ਕਰੇ ਅਤੇ ਉਸ ਤੋਂ ਬਾਅਦ ਵਾਪਸ ਆਪਣੇ ਦਰਾਂ ਨੂੰ ਪਹੁੰਚਿਆ ਕਰੇ। ਸਾਧ ਸੰਗਤ ਜੀ ਰੋਜ਼ ਇੱਦਾਂ ਹੋਇਆ ਕਰੇ। ਗ੍ਰੰਥੀ ਸਿੰਘ ਵੀ ਹੈਰਾਨ ਪਰੇਸ਼ਾਨ, ਗ੍ਰੰਥੀ ਸਿੰਘ ਨੇ ਪ੍ਰਬੰਧਕ ਕਮੇਟੀ ਨੂੰ ਦੱਸਿਆ ਕਿ ਭਾਈ ਸਾਹਿਬ ਇੱਦਾਂ ਇੱਦਾਂ ਸਾਡੇ ਨਾਲ ਦਿੱਕਤਾਂ ਹੋ ਰਹੀਆਂ ਨੇ, ਰੋਜ਼ ਇੱਕ ਸੱਪ ਆਉਂਦਾ। ਸੱਪ ਆ ਪਿਛਲੇ 3-4 ਦਿਨਾਂ ਤੋਂ ਰਿਹਾ, ਮੱਧ ਦੇ ਭੋਗ ਵਾਲੇ ਦਿਨ ਤੋਂ ਆ ਰਿਹਾ, ਰੋਜ਼ ਆ ਕੇ ਗੁਰੂ ਘਰ ਦੀ ਚੌਖੜ 'ਤੇ ਬੈਠਾ ਰਹਿੰਦਾ, ਜਿਵੇਂ ਅਸੀਂ ਪਾਠ ਦੀ ਸਮਾਪਤੀ ਕਰਦੇ ਹਾਂ ਵਾਪਸ ਚਲੇ ਜਾਂਦਾ। ਤਾਂ ਪਿੰਡ ਵਾਲਿਆਂ ਨੇ ਵੀ ਆ ਕੇ ਦੇਖਿਆ, ਪਰ ਸੱਪ ਕਿਸੇ ਨੂੰ ਕਹਿੰਦਾ ਕੁਛ ਨਹੀਂ ਸੀ। ਸੱਪ ਆਉਂਦਾ ਗੁਰੂ ਘਰ ਦੇ ਵਿੱਚ ਚੌਖੜ 'ਤੇ ਬੈਠ ਕੇ ਪਾਠ ਸੁਣਦਾ ਰਹਿੰਦਾ ਅਤੇ ਵਾਪਸ ਆਪਣੇ ਦਰਾਂ ਨੂੰ ਪਹੁੰਚ ਜਾਂਦਾ। ਇੱਦਾਂ ਚੱਲਦਾ ਰਿਹਾ ਸਾਧ ਸੰਗਤ ਜੀ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਉਹੀ ਸੰਗਰਾਂਦ ਵਾਲਾ ਦਿਨ ਆ ਗਿਆ ਜਿਸ ਦਿਨ ਭੋਗ ਹੋਣਾ ਸੀ। ਸਿੱਖ ਸੰਗਤਾਂ ਨੇ ਕਿਹਾ ਕਿ ਅੱਜ ਦੇਖਦੇ ਹਾਂ ਸੱਪ ਆਉਂਦਾ ਕਿ ਨਹੀਂ, ਕਿਉਂਕਿ ਉਸ ਦਿਨ ਭੀੜ ਵੀ ਬਹੁਤ ਜ਼ਿਆਦਾ ਸੀ, ਸੰਗਰਾਂਦ ਵਾਲੇ ਦਿਨ ਪੂਰਾ ਨਗਰ ਉੱਥੇ ਪਹੁੰਚਦਾ ਸੀ। ਤਾਂ ਉਹੀ ਜਿਵੇਂ ਹੀ ਗ੍ਰੰਥੀ ਸਿੰਘ ਨੇ ਪਾਠ ਸ਼ੁਰੂ ਕੀਤਾ, ਉਹ ਸੱਪ ਆ ਕੇ ਅੰਦਰ ਬੈਠ ਗਿਆ ਅਤੇ ਪੂਰੀਆਂ ਸਿੱਖ ਸੰਗਤਾਂ ਦੇ ਵਿੱਚ ਖਲਬਲੀ ਮੱਚ ਗਈ। ਪਰ ਕੁਝ ਸੂਝਵਾਨ ਲੋਕਾਂ ਨੇ ਕਿਹਾ ਕਿ ਭਾਈ ਆਰਾਮ ਨਾਲ ਬੈਠ ਜਾਓ, ਇਹ ਸੱਪ ਕੁਝ ਨਹੀਂ ਕਹਿੰਦਾ। ਸੱਪ ਨੇ ਬੈਠੇ ਬੈਠੇ ਨੇ ਪੂਰੀ ਬਾਣੀ ਸੁਣੀ, ਗ੍ਰੰਥੀ ਸਿੰਘ ਨੇ ਪ੍ਰਸ਼ਾਦ ਵਰਤਾ ਤਾ, ਪਾਠ ਦੀ ਸਮਾਪਤੀ ਹੋ ਗਈ। ਪ੍ਰਸ਼ਾਦ ਵਰਤਾ ਕੇ ਜਦੋਂ ਗ੍ਰੰਥੀ ਸਿੰਘ ਜਾਣ ਲੱਗਾ ਤਾਂ ਇੰਨੇ ਵਿੱਚ ਹੀ ਇੱਕ ਆਵਾਜ਼ ਆਈ, ਅਤੇ ਉਹ ਆਵਾਜ਼ ਸੀ ਇੱਕ ਔਰਤ ਦੀ। ਉਸ ਔਰਤ ਨੇ ਕਿਹਾ ਕਿ ਬਾਬਾ ਜੀ ਮੈਨੂੰ ਪ੍ਰਸ਼ਾਦ ਨਹੀਂ ਦਿਓਗੇ? ਤਾਂ ਗ੍ਰੰਥੀ ਸਿੰਘ ਨੇ ਦੇਖਿਆ ਕਿ ਆਵਾਜ਼ ਕੌਣ ਮਾਰ ਰਿਹਾ, ਇੱਧਰ ਉੱਧਰ ਨਜ਼ਰ ਮਾਰਿਆ ਤਾਂ ਉਹ ਆਵਾਜ਼ ਸੱਪ ਦੇ ਤਰਫੋਂ ਆ ਰਹੀ ਸੀ, ਅਤੇ ਉਸ ਸੱਪ ਨੇ ਉਹੀ ਅਸਲੀ ਰੂਪ ਦਿਖਾਇਆ। ਅਤੇ ਉਹ ਸੱਪ ਕੌਣ ਸੀ ਤੁਹਾਨੂੰ ਪਤਾ ਹੈ, ਇਹ ਜਾਣ ਕੇ ਹੈਰਾਨੀ ਹੋ ਜਾਵੇਗੀ, ਉਹ ਸੱਪ ਸੀ ਉਹੀ ਔਰਤ ਕਮਲਾ ਦੇਵੀ। ਉਸ ਕਮਲਾ ਦੇਵੀ ਨੇ ਇਹ ਸਾਰੀ ਕਹਾਣੀ ਦੱਸੀ ਕਿ ਕਿਵੇਂ ਮੱਧ ਦੇ ਭੋਗ ਦੇ ਉੱਪਰ ਮੇਰੀ ਮੌਤ ਹੋ ਗਈ ਸੀ ਅਤੇ ਬਾਣੀ ਸੁਣਨੀ ਰਹਿ ਗਈ ਸੀ, ਪਰ ਗੁਰੂ ਮਹਾਰਾਜ ਨੇ ਮੇਰੇ ਉੱਪਰ ਐਸੀ ਕਿਰਪਾ ਕੀਤੀ, ਮੈਨੂੰ ਦੁਬਾਰਾ ਸੱਪ ਦੀ ਜੂਨੀ ਦਿੱਤੀ ਅਤੇ ਸੱਪ ਦੀ ਜੂਨੀ ਵਿੱਚ ਜਾ ਕੇ ਮੱਧ ਤੋਂ ਬਾਅਦ ਬਾਕੀ ਦਾ ਪਾਠ ਮੈਂ ਸੁਣਿਆ। ਅਤੇ ਸਾਧ ਸੰਗਤ ਜੀ, ਇਸੇ ਕਰਕੇ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਇਸ ਕਹਾਣੀ ਤੋਂ ਕਿ ਗੁਰੂ ਕਦੇ ਵੀ ਆਪਣੀ ਖੁਆਇਸ਼ ਨੂੰ ਅਧੂਰੀ ਨਹੀਂ ਛੱਡਦਾ, ਇਸ ਲਈ ਗੁਰੂ ਦੇ ਲੜ ਲੱਗੇ ਰਹਿਣਾ ਚਾਹੀਦਾ। ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।